ਸਟੂਡੈਂਟਸ ਵੀ ਆਰ ਗੋਇੰਗ ਟੂ ਡਿਸਕਸ ਪ੍ਰੈਜ਼ੈਂਟ ਇਨਡੈਫੀਨਿਟ ਟੈਂਸ। ਪ੍ਰੈਜ਼ੈਂਟ ਇਨਡੈਫੀਨਿਟ ਦਾ ਆਪਾਂ ਕਿੱਥੇ ਯੂਜ਼ ਕਰਦੇ ਹਾਂ, ਉਹਦਾ ਰੂਲ ਕੀ ਹੁੰਦਾ, ਠੀਕ ਹੈ, ਕਿਹੜੇ ਕਿਹੜੀਆਂ ਸਿਚੁਏਸ਼ਨ ਦੇ ਵਿੱਚ ਯੂਜ਼ ਕਰਾਂਗੇ ਆਪਾਂ, ਹਰੇਕ ਕੁਛ ਆਪਾਂ ਪ੍ਰੈਜ਼ੈਂਟ ਇਨਡੈਫੀਨਿਟ ਟੈਂਸ ਦੇ ਰਿਲੇਟਡ ਆਪਾਂ ਕਲੀਅਰ ਕਰਾਂਗੇ ਇਸ ਵੀਡੀਓ ਦੇ ਵਿੱਚ। ਓਕੇ, ਵਾਚ ਟਿਲ ਐਂਡ। ਓਕੇ, ਫਸਟ ਆਫ ਆਲ, ਪ੍ਰੈਜ਼ੈਂਟ ਇਨਡੈਫੀਨਿਟ ਆਪਾਂ ਕਿੱਥੇ ਯੂਜ਼ ਕਰਦੇ ਹਾਂ ਟੈਂਸ ਨੂੰ, ਲਾਈਕ ਕਿਹੜੀ ਸਿਚੁਏਸ਼ਨ ਦੇ ਵਿੱਚ ਯੂਜ਼ ਕੀਤਾ ਜਾਂਦਾ। ਓਕੇ, ਦਿਸ ਟੈਂਸ ਇਜ਼ ਯੂਜ਼ ਟੂ ਡਿਸਕ੍ਰਾਈਬ ਹੈਬਿਚੁਅਲ ਐਕਸ਼ਨਸ ਐਂਡ ਜਨਰਲ ਟਰੂਥ। ਹੁਣ ਇਹਦਾ ਕੀ ਮੀਨਿੰਗ ਹੈ ਕਿ ਜਦੋਂ ਕੋਈ ਕੰਮ ਆਪਾਂ ਅਕਸਰ ਕਰਦੇ ਹਾਂ, ਆਪਣੀ ਹੈਬਿਟ ਹੋਵੇ ਜਾਂ ਕੋਈ ਆਪਣੀ ਹੋਬੀ ਹੋਵੇ, ਉਹਨਾਂ ਸਿਚੁਏਸ਼ਨ ਨੂੰ ਡਿਸਕ੍ਰਾਈਬ ਕਰਨ ਲਈ ਇਸ ਟੈਂਸ ਦਾ ਯੂਜ਼ ਕੀਤਾ ਜਾਂਦਾ। ਐਂਡ ਕੋਈ ਜਨਰਲ ਟਰੂਥ, ਜਨਰਲ ਟਰੂਥ ਦਾ ਮੀਨਿੰਗ ਜਿਵੇਂ ਦ ਸਨ ਰਾਈਜ਼ਿਸ ਇਨ ਦਾ ਈਸਟ, ਲਾਈਕ ਸੂਰਜ ਪੂਰਬ ਵੱਲੋਂ ਚੜ੍ਹਦਾ ਹੈ, ਠੀਕ ਹੈ, ਜਿਹੜਾ ਟਰੂਥ ਹੋਵੇ, ਲਾਈਕ ਜਿਹੜਾ ਫੈਕਟ ਹੋਵੇ ਜਿਹਨੂੰ ਆਪਾਂ ਚੇਂਜ ਨਹੀਂ ਕਰ ਸਕਦੇ, ਸੱਚਾਈ ਹੈ ਇਹਨੂੰ ਚੇਂਜ ਨਹੀਂ ਕਰ ਸਕਦੇ, ਉਹਨੂੰ ਵੀ ਆਪਾਂ ਪ੍ਰੈਜ਼ੈਂਟ ਇਨਡੈਫੀਨਿਟ ਦੇ ਵਿੱਚ ਲਿਖਦੇ ਹਾਂ। ਹੁਣ ਇਹਦਾ ਰੂਲ ਕੀ ਹੁੰਦਾ, ਸਬਜੈਕਟ, ਸਬਜੈਕਟ ਕਿਹਨੂੰ ਕਹਿੰਦੇ ਆਪਾਂ ਜਿਹੜਾ ਕੰਮ ਕਰਦਾ ਹੋਵੇ, ਕਰਤੇ ਨੂੰ ਕਹਿੰਦੇ ਹਾਂ, ਠੀਕ ਹੈ। ਸਬਜੈਕਟ ਪਲੱਸ ਵਰਬ ਪਲੱਸ ਐਸ ਜਾਂ ਈਐਸ ਪਲੱਸ ਓਬਜੈਕਟ। ਹੁਣ ਐਸ ਜਾਂ ਈਐਸ ਕਿੱਥੇ ਲੱਗਣੀ ਆ, ਥਰਡ ਪਰਸਨ ਸਿੰਗੂਲਰ ਨਾਲ, ਹੀ ਸ਼ੀ ਇਟ ਜਾਂ ਕੋਈ ਵੀ ਨੇਮ, ਜਿਵੇਂ ਰਾਮ ਸ਼ਾਮ, ਕੋਈ ਵੀ ਨੇਮ, ਉਹ ਕੋਈ ਕੰਮ ਕਰਦਾ, ਉਹਦੇ ਨਾਲ ਜਿਹੜੀ ਵਰਬ ਆਊਗੀ ਉਹਦੇ ਨਾਲ ਐਸ ਜਾਂ ਈਐਸ ਲੱਗੂਗੀ। ਜੇ ਆਪਾਂ ਇੱਕ ਸਿੰਪਲ ਜਿਹੇ ਤਰੀਕੇ ਨਾਲ ਯਾਦ ਰੱਖਣਾ, ਲਾਈਕ ਇਹ ਚੀਜ਼ ਨਹੀਂ ਰੱਖਣੀ ਵੀ ਆਪਾਂ ਇਹਨੂੰ ਹੈਬਿਚੁਅਲ ਐਕਸ਼ਨਸ ਲਈ ਯੂਜ਼ ਕਰਨਾ ਜਾਂ ਜਨਰਲ ਟਰੂਥ ਲਈ ਯੂਜ਼ ਕਰਨਾ, ਤਾਂ ਤੁਸੀਂ ਇੱਕ ਸਿੰਪਲ ਜਿਹੇ ਤਰੀਕੇ ਨਾਲ ਯਾਦ ਰੱਖ ਸਕਦੇ ਆ, ਦਾ, ਦੇ, ਦੀ, ਦੀਆਂ। ਹੁਣ ਜਿੰਨਾ ਪਿੱਛੇ ਇਹ ਵਰਡ ਆ ਜਾਣ, ਉਹਨਾਂ ਸੈਂਟੈਂਸਿਸ ਨੂੰ ਆਪਾਂ ਪ੍ਰੈਜ਼ੈਂਟ ਇਨਡੈਫੀਨਿਟ ਦੇ ਵਿੱਚ ਲਿਖਾਂਗੇ। ਓਕੇ, ਹੁਣ ਆਪਾਂ ਐਗਜ਼ਾਮਪਲਸ ਦੇਖਦੇ ਆ, ਉਹ ਫੁੱਟਬਾਲ ਖੇਡਦਾ ਹੈ। ਹੁਣ ਜਿਵੇਂ ਦਾ ਆ ਗਿਆ ਇਹਦੇ ਪਿੱਛੇ, ਫਿਰ ਆਪਾਂ ਇਹ ਕੀ ਲਿਖਾਂਗੇ, ਹੀ ਪਲੇਸ ਫੁੱਟਬਾਲ। ਹੁਣ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਥਰਡ ਪਰਸਨ ਸਿੰਗੂਲਰ ਮੀਨਸ ਕਿ ਹੀ, ਉਹਦੇ ਨਾਲ ਕੀ ਲੱਗੂਗੀ ਵਰਬ ਦੇ ਨਾਲ ਐਸ। ਓਕੇ, ਐਂਡ ਉਹ ਪਸ਼ਮ ਬਣਦੀ ਹੈ, ਸ਼ੀ ਨੀਡਸ ਦਾ ਬੋਲ, ਹਰੇਕ ਹਫ਼ਤੇ ਮੀਂਹ ਪੈਂਦਾ ਹੈ, ਇਟ ਰੇਨਸ ਐਵਰੀ ਵੀਕ, ਜਿਵੇਂ ਮੈਂ ਤੁਹਾਨੂੰ ਕਿਹਾ ਸੀ ਇਟ ਦੇ ਨਾਲ ਵੀ ਜਦੋਂ ਵਰਬ ਆਊਗੀ ਐਸ ਲੱਗੂਗੀ। ਐਮੀ ਵਿਰਕ ਗੀਤ ਗਾਉਂਦਾ ਹੈ, ਹੁਣ ਦੇਖੋ ਸਾਰਿਆਂ ਦੇ ਪਿੱਛੇ ਦਾ ਦੇ ਦੀ ਆਈ ਜਾਂਦਾ, ਠੀਕ ਹੈ, ਸੋ ਐਮੀ ਵਿਰਕ ਗੀਤ ਗਾਉਂਦਾ ਹੈ, ਐਮੀ ਵਰਕ ਸਿੰਗਸ ਅ ਸੌਂਗ, ਮੇਰੀ ਮਾਂ ਦਫ਼ਤਰ ਜਾਂਦੀ ਹੈ, ਮਾਈ ਮਦਰ ਗੋਜ਼ ਟੂ ਆਫਿਸ। ਓਕੇ, ਹੁਣ ਆਪਾਂ ਐਸ ਜਾਂ ਈਐਸ ਕਿੱਥੇ ਨਹੀਂ ਯੂਜ਼ ਕਰਨੀ ਵਰਬ ਦੇ ਨਾਲ, ਜਦੋਂ ਆਪਣਾ ਸਬਜੈਕਟ ਆਈ ਹੋਊਗਾ, ਵੀ ਹੋਊਗਾ, ਯੂ ਹੋਊਗਾ, ਦੇ ਹੋਊਗਾ, ਜਾਂ ਕੋਈ ਪਲੂਰਲ ਨੇਮ ਆ ਗਿਆ, ਠੀਕ ਹੈ। ਸੋ ਕਹਿਣ ਦਾ ਮੀਨਿੰਗ ਪਲੂਰਲ ਜਾਂ ਫਸਟ ਪਰਸਨ, ਜਦੋਂ ਫਸਟ ਪਰਸਨ ਆ ਗਿਆ ਜਾਂ ਕੋਈ ਪਲੂਰਲ ਆ ਗਿਆ ਆਪਣਾ ਸਬਜੈਕਟ, ਉਦੋਂ ਜਿਹੜਾ ਵਰਬ ਦੇ ਨਾਲ ਆ, ਉਦੋਂ ਜਿਹੜੀ ਵਰਬ ਦੇ ਨਾਲ ਐਸ ਨਹੀਂ ਲੱਗੂਗੀ। ਫੋਰ ਐਗਜ਼ਾਮਪਲਸ, ਉਹ ਫੁੱਟਬਾਲ ਖੇਡਦੇ ਹਨ, ਉਹ ਕੀ ਹੋ ਗਿਆ ਮੀਨਸ ਕਿ ਜ਼ਿਆਦਾ ਜਾਣੇ। ਓਕੇ, ਸੋ ਦੇ ਆ ਗਿਆ ਦੇ। ਹੁਣ ਪਲੇ, ਪਲੇ ਦੇ ਨਾਲ ਆਪਾਂ ਇੱਥੇ ਐਸ ਜਿਹੜੀ ਨਹੀਂ ਲਈ, ਕਿਉਂਕਿ ਰੂਲ ਦੇ ਅਕੋਰਡਿੰਗ ਵਰਬ ਦੇ ਨਾਲ ਐਸ ਜਾਂ ਈਐਸ ਨਹੀਂ ਲੱਗਦੀ ਜਦੋਂ ਆਪਣਾ ਜਿਹੜਾ ਸਬਜੈਕਟ ਪਲੂਰਲ ਹੋਵੇ। ਸੋ ਦੇ ਪਲੇ ਫੁੱਟਬਾਲ, ਕੁੜੀਆਂ ਗੀਤ ਗਾਉਂਦੀਆਂ ਹਨ, ਇਹ ਵੀ ਪਲੂਰਲ ਹੋ ਗਿਆ। ਗਰਲਸ ਸਿੰਗ ਸੌਂਗ, ਅਸੀਂ ਸਕੂਲ ਜਾਂਦੇ ਹਾਂ, ਇਹ ਵੀ ਪਲੂਰਲ ਹੋ ਗਿਆ। ਵੀ ਗੋ ਟੂ ਸਕੂਲ, ਤੁਸੀਂ ਜੈਪੁਰ ਜਾਂਦੇ ਹੋ, ਯੂ ਗੋ ਟੂ ਜੈਪੁਰ। ਓਕੇ, ਹੁਣ ਮੈਂ ਇੱਥੇ ਇੱਕ ਚੀਜ਼ ਦੱਸਣਾ ਚਾਹੂੰਗਾ, ਯੂ ਆਪਾਂ ਇੱਕ ਜਣੇ ਦੇ ਲਈ ਵੀ ਯੂਜ਼ ਕਰ ਸਕਦੇ, ਜ਼ਿਆਦਾ ਜਣਿਆਂ ਦੇ ਲਈ ਵੀ ਯੂਜ਼ ਕਰਦੇ, ਬਟ ਇਹਦੇ ਨਾਲ ਜਿਹੜੀ ਵਰਬ ਆਊਗੀ ਉਹਦੇ ਨਾਲ ਐਸ ਜਾਂ ਈਐਸ ਨਹੀਂ ਲੱਗੂਗੀ। ਮੈਂ ਸਬਜ਼ੀਆਂ ਕੱਟਦਾ, ਫਸਟ ਪਰਸਨ ਆ ਗਿਆ, ਆਈ ਕੱਟ ਦਾ ਵੈਜੀਟੇਬਲਸ, ਰਾਮ ਐਂਡ ਸ਼ਾਮ ਫਲ ਖਾਂਦੇ ਹਨ, ਰਾਮ ਐਂਡ ਸ਼ਾਮ ਈਟ ਫਰੂਟਸ, ਲੋਕ ਟੀਵੀ ਦੇਖਦੇ ਹਨ, ਲੋਕ ਵੀ ਪਲੂਰਲ ਆ ਗਏ, ਪੀਪਲ ਵਾਚ ਟੈਲੀਵਿਜ਼ਨ। ਪ੍ਰੈਜ਼ੈਂਟ ਇਨਡੈਫੀਨਿਟ ਦਾ ਨੈਗੇਟਿਵ ਕਿਵੇਂ ਬਣੂਗਾ, ਪ੍ਰੈਜ਼ੈਂਟ ਇਨਡੈਫੀਨਿਟ ਦੇ ਨੈਗੇਟਿਵ ਦੇ ਵਿੱਚ ਕੀ ਯੂਜ਼ ਕਰਦੇ ਹਾਂ, ਡੂ ਨਾਟ, ਡਜ਼ ਨਾਟ। ਓਕੇ, ਡੂ ਨਾਟ ਕਿੰਨਾ ਦੇ ਨਾਲ ਯੂਜ਼ ਹੋਊਗਾ, ਜਿਹਦੇ ਨਾਲ ਵਰਬ ਦੇ ਨਾਲ ਐਸ ਨਹੀਂ ਲਾਈ ਸੀਗੀ, ਜਿਵੇਂ ਆਈ, ਵੀ, ਯੂ, ਦੇ ਦੇ ਨਾਲ। ਹੁਣ ਉਹ ਕਿੰਨਾ ਦੇ ਨਾਲ ਆਪਾਂ ਐਸ ਨਹੀਂ ਲਾਈ ਸੀ, ਫਸਟ ਪਰਸਨ, ਫਸਟ ਪਰਸਨ ਯਾਨੀ ਕਿ ਆਈ, ਮੈਂ ਜਾਂ ਵੀ, ਅਸੀਂ। ਓਕੇ, ਸੈਕਿੰਡ ਪਰਸਨ ਕਿਹਨੂੰ ਕਹਿੰਦੇ ਆ, ਜਿਹਦੇ ਨਾਲ ਆਪਾਂ ਗੱਲ ਕਰ ਰਹੇ ਹੋ, ਜਿਵੇਂ ਯੂ। ਓਕੇ, ਐਂਡ ਥਰਡ ਪਰਸਨ ਪਲੂਰਲ ਮਤਲਬ ਕਿ ਉਹ, ਦੇ, ਉਹਦੇ ਲਈ ਆਪਾਂ ਦੇ ਯੂਜ਼ ਕਰ ਰਹੇ ਹਾਂ। ਇਹਨਾਂ ਦੇ ਨਾਲ ਆਪਾਂ ਡੂ ਨਾਟ ਲਾਵਾਂਗੇ ਨੈਗੇਟਿਵ ਬਣਾਉਣ ਦੇ ਲਈ। ਥਰਡ ਪਰਸਨ ਸਿੰਗੂਲਰ, ਹੀ, ਸ਼ੀ, ਇਟ, ਐਨੀ ਨੇਮ, ਜਦੋਂ ਆਪਾਂ ਜਿਨ੍ਹਾਂ ਦੇ ਨਾਲ ਆਪਾਂ ਐਸ ਲਾਈ ਸੀ ਵਰਬ ਦੇ ਨਾਲ, ਉਹਨੂੰ ਨੈਗੇਟਿਵ ਦੇ ਵਿੱਚ ਕਨਵਰਟ ਕਰਨ ਦੇ ਲਈ ਆਪਾਂ ਕੀ ਯੂਜ਼ ਕਰਨਾ, ਡਜ਼ ਨਾਟ। ਓਕੇ, ਐਗਜ਼ਾਮਪਲਸ ਦੇਖਦੇ ਹਾਂ, ਜਿਵੇਂ ਹੀ ਡਜ਼ ਨਾਟ ਸਟੱਡੀ ਮੀਨਸ ਕਿ ਉਹ ਪੜ੍ਹਦਾ ਨਹੀਂ ਹੈ। ਹੁਣ ਹੀ ਕੀ ਆ ਗਿਆ,
ਥਰਡ ਪਰਸਨ ਸਿੰਗੂਲਰ ਆ ਗਿਆ, ਉਹਦੇ ਨਾਲ ਮੈਂ ਤੁਹਾਨੂੰ ਕੀ ਕਿਹਾ ਸੀ ਆਪਾਂ ਡਸ ਯੂਜ਼ ਕਰਨਾ, ਐਂਡ ਫਿਰ ਪਲੂਰਲ ਆ ਗਿਆ, ਦੇ ਡੂ ਨੋਟ ਈਟ ਫਰੂਟਸ, ਮੀਨਸ ਕਿ ਉਹ ਫਲ ਨਹੀਂ ਖਾਂਦੇ। ਯੂ ਡੂ ਨੋਟ ਪਲੇ ਹਾਕੀ, ਤੁਸੀਂ ਹਾਕੀ ਨਹੀਂ ਖੇਡਦੇ। ਵੀ ਡੂ ਨੋਟ ਪਾਰਟੀਸਪੇਟ ਇਨ ਕੰਪੀਟੀਸ਼ਨ, ਮੀਨਸ ਕਿ ਅਸੀਂ ਪਾਰਟੀਸਪੇਟ ਨਹੀਂ ਕਰਦੇ ਕੰਪੀਟੀਸ਼ਨ ਦੇ ਵਿੱਚ। ਓਕੇ, ਸੋ ਕਹਿਣ ਦਾ ਮੀਨਿੰਗ ਕਿ ਸਬਜੈਕਟ ਤੋਂ ਬਾਅਦ ਜਿੰਨਾਂ ਵਰਬਸ ਨਾਲ ਆਪਾਂ ਐਸ ਲਾਈ ਸੀ, ਉਹ ਜਿਹੜੀ ਐਸ ਕਿਹਦੇ ਨਾਲ ਆ ਜਿਹੜੀ ਹੈ, ਡੂ ਦੇ ਨਾਲ, ਉਹ ਕੀ ਬਣ ਜੂ? ਡਸ, ਠੀਕ ਹੈ। ਨਾਲ ਆਪਾਂ ਨੋਟ ਯੂਜ਼ ਕਰ ਲੈਣਾ, ਉਹ ਆਪਣਾ ਨੈਗੇਟਿਵ ਸੈਂਟੈਂਸ ਬਣ ਜੂਗਾ। ਹੁਣ ਇਸ ਟੈਂਸ ਦੇ ਇੰਟੈਰੋਗੇਟਿਵ ਕਿਵੇਂ ਬਣਨਗੇ? ਹੁਣ ਉਹਦੇ ਵਿੱਚ ਆਪਾਂ ਜਿਵੇਂ ਡੂ ਡਜ਼ ਲਾਇਆ ਸੀ ਨੈਗੇਟਿਵ ਦੇ ਵਿੱਚ, ਉਹ ਡੂ ਡਜ਼ ਕੀ ਕਰਨਾ? ਆਪਾਂ ਮੂਹਰੇ ਲੈ ਆਉਣਾ, ਉਸ ਤੋਂ ਬਾਅਦ ਸਬਜੈਕਟ, ਬਾਅਦ ਵਿੱਚ ਉਵੇਂ ਸੇਮ ਸੈਂਟੈਂਸ ਰਹੂਗਾ। ਬਸ ਉਹਦੇ ਵਿੱਚ ਜਿਹੜਾ ਹੈਲਪਿੰਗ ਵਰਬ ਯੂਜ਼ ਕੀਤਾ ਸੀ ਆਪਾਂ ਡੂ ਡਸ, ਉਹ ਚੱਕ ਕੇ ਮੂਹਰੇ ਲੈ ਆਉਣਾ ਫਸਟ ਤੇ, ਉਹ ਸੈਂਟੈਂਸ ਕੀ ਬਣ ਜੂਗਾ? ਆਪਣਾ ਇੰਟੈਰੋਗੇਟਿਵ। ਇੰਟੈਰੋਗੇਟਿਵ ਕੀ ਹੁੰਦਾ? ਜਦੋਂ ਆਪਾਂ ਕਿਸੇ ਨੂੰ ਕੁਐਸਚਨ ਪੁੱਟ ਕਰਦੇ ਹਾਂ। ਓਕੇ, ਐਗਜ਼ਾਮਪਲਸ ਦੇਖਦੇ ਹਾਂ। ਡਜ਼ ਹੀ ਸਟੱਡੀ, ਕੀ ਉਹ ਪੜ੍ਹਦਾ ਹੈ? ਹੀ ਦੇ ਨਾਲ ਆਪਾਂ ਡਜ਼ ਨੋਟ ਲਾਇਆ ਸੀ ਨੈਗੇਟਿਵ ਦੇ ਵਿੱਚ, ਠੀਕ ਹੈ। ਹੁਣ ਉਹ ਡਜ਼ ਮੂਹਰੇ ਆ ਗਿਆ, ਡਜ਼ ਹੀ ਸਟੱਡੀ, ਕੀ ਉਹ ਪੜ੍ਹਦਾ ਹੈ? ਜੇ ਹੁਣ ਆਪਾਂ ਇਹਨੂੰ ਨੈਗੇਟਿਵ ਦੇ ਵਿੱਚ ਕਰਨਾ, ਨੈਗੇਟਿਵ ਇੰਟੈਰੋਗੇਟਿਵ ਬਣਾਉਣਾ, ਫਿਰ ਕੀ ਲੱਗ ਜੂਗਾ? ਸਬਜੈਕਟ ਤੋਂ ਬਾਅਦ ਨੋਟ, ਓਕੇ, ਕੀ ਉਹ ਨਹੀਂ ਪੜ੍ਹਦਾ ਹੈ, ਠੀਕ। ਓਕੇ, ਡੂ ਦੇ ਈਟ ਫਰੂਟਸ, ਕੀ ਉਹ ਫਰੂਟਸ ਖਾਂਦੇ ਹਨ? ਜੇ ਇਹਨੂੰ ਵੀ ਆਪਾਂ ਨੈਗੇਟਿਵ ਕਰਨਾ, ਤਾਂ ਦੈਨ ਇਹਦੇ ਨਾਲ ਵੀ ਨੋਟ ਯੂਜ਼ ਕਰੀ ਹੋਣਾ। ਸੋ ਕਹਿਣ ਦਾ ਮੀਨਿੰਗ, ਸਬਜੈਕਟ ਤੋਂ ਬਾਅਦ ਨੋਟ ਲਾ ਦਿਓ ਜੇ ਨੈਗੇਟਿਵ ਇੰਟੈਰੋਗੇਟਿਵ ਬਣਾਉਣਾ ਤਾਂ। ਡੂ ਯੂ ਪਲੇ ਹਾਕੀ, ਕੀ ਤੁਸੀਂ ਹਾਕੀ ਖੇਡਦੇ ਹੋ? ਡੂ ਵੀ ਪਾਰਟੀਸਪੇਟ ਇਨ ਕੰਪੀਟੀਸ਼ਨ, ਕੀ ਅਸੀਂ ਪਾਰਟੀਸਪੇਟ ਕਰਦੇ ਹਾਂ ਕੰਪੀਟੀਸ਼ਨ ਦੇ ਵਿੱਚ? ਡਜ਼ ਇਟ ਵਰਕ ਪ੍ਰੋਪਰਲੀ, ਕੀ ਉਹ ਵਰਕ ਕਰਦਾ ਪ੍ਰੋਪਰਲੀ? ਸੋ ਜੇ ਇਹਨੂੰ ਆਪਾਂ ਨੈਗੇਟਿਵ ਇੰਟੈਰੋਗੇਟਿਵ ਕਰਨਾ, ਤਾਂ ਇਹਦੇ ਨਾਲ ਕੀ ਲੱਗ ਜੂਗਾ? ਇਟ ਦੇ ਨਾਲ ਨੋਟ। ਸੋ ਆਈ ਹੋਪ ਕਿ ਜਿਹੜਾ ਪ੍ਰੈਜੈਂਟ ਇੰਡੈਫੀਨਿਟ ਟੈਂਸ ਉਹ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। ਸੋ ਮਿਲਦੇ ਨੈਕਸਟ ਵੀਡੀਓ ਦੇ ਵਿੱਚ, ਐਂਡ ਪਲੀਜ਼ ਸਬਸਕ੍ਰਾਈਬ ਮਾਈ ਯੂਟਿਊਬ ਚੈਨਲ। ਥੈਂਕ ਯੂ।